ਪੰਜਾਬੀ ਕਮਨਾਂਦ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼। ਕੋਰੋਨਾ ਵਾਇਰਸ ਦੇ ਚੱਲਦਿਆਂ ਹੋਏ ਲਾਕਡਾਊਨ ਨਾਲ ਆਮ ਜਨਜੀਵਨ ਦੀ ਚਾਲ ਮੱਠੀ ਪੈ ਗਈ ਹੈ ਤੇ ਚੱਲਦਿਆਂ ਸਰਕਾਰ ਵੱਲੋਂ ਨਾਗਰਿਕਾਂ ਨੂੰ ਕਈ ਸੁਵਿਧਾ ਦੇ ਜ਼ਰੀਏ ਕੁਝ ਰਾਹਤ ਦੇਣ ਦੀ ਯਤਨ ਕੀਤੇ ਜਾ ਰਹੇ ਨੇ। ਲਾਕਡਾਊਨ ਦੌਰਾਨ ਗੈਸ ਦੀ ਸਬਸਿਡੀ, ਕਿਸਾਨ ਫਸਲ ਬੀਮਾ ਦਾ ਪੈਸਾ, ਮਨਰੇਗਾ ਮਜ਼ਦੂਰੀ, ਜਨ ਧਨ ਸਕੀਮ, ਵਿਧਵਾ ਬਿਰਧ ਤੇ ਵਿਕਲਾਂਗ ਪੈਨਸ਼ਨ ਸਮੇਤ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਕਈ ਯੋਜਨਾਵਾਂ ਤੋਂ ਮਿਲਣ ਵਾਲੀ ਰਾਸ਼ੀ ਕਢਵਾਉਣ ਲਈ ਤੁਹਾਨੂੰ ਬੈਂਕ ਜਾਂ ATM ਜਾਣ ਦੀ ਲੋੜ ਨਹੀਂ ਪਵੇਗੀ। ਡਾਕ ਵਿਭਾਗ ਘਰ ਬੈਠਿਆਂ ਹੀ ਤੁਹਾਨੂੰ ਇਹ ਪੈਸਾ ਮੁਹੱਈਆ ਕਰਵਾ ਰਿਹਾ ਹੈ। ਸਰਕਾਰੀ ਯੋਜਨਾ ਦੇ ਜ਼ਿਆਦਾਤਰ ਖਾਤੇ ਆਧਾਰ ਕਾਰਡ ਨਾਲ ਲਿੰਕ ਹੋਣ ਕਰਕੇ ਡਾਕ ਵਿਭਾਗ ਵੱਲੋਂ ਦਿੱਤਾ ਜਾਣ ਵਾਲਾ ਇਹ ਪੈਸਾ ਤੁਹਾਡੇ ਖਾਤੇ 'ਚ ਹੀ ਕੱਟ ਕੇ ਦਿੱਤਾ ਜਾ ਰਿਹਾ। ਜਲੰਧਰ ਜ਼ਿਲ੍ਹੇ ਦੇ ਡਾਕ ਵਿਭਾਗ ਹਰ ਦਿਨ ਕਰੀਬ 500 ਲੋਕਾਂ ਨੂੰ ਘਰ ਬੈਠੇ ਹੀ ਪੇਮੈਂਟ ਦੇ ਰਿਹਾ। ਲਾਕਡਾਊਨ ਵਧਣ ਕਾਰਨ ਸਰਕਾਰ ਵੱਲੋਂ ਇਸ ਦੀ ਇਜਾਜ਼ਤ ਦਿੱਤੀ ਗਈ ਹੈ। ਸਰਕਾਰੀ ਨਿਰਦੇਸ਼ਾਂ ਦੇ ਮੁਤਾਬਕ ਡਾਕੀਏ ਘਰ ਘਰ ਜਾ ਕੇ ਲੋਕਾਂ ਨੂੰ ਉਹਨਾਂ ਦੇ ਖਾਤਿਆਂ 'ਚ ਜਮ੍ਹਾਂ ਪੈਸੇ ਪਹੁੰਚਾਉਣ ਦਾ ਕੰਮ ਕਰ ਰਹੇ ਨੇ। ਡਾਕੀਏ ਤੋਂ 500 ਤੋਂ ਲੈ ਕੇ 8000 ਰੁਪਏ ਤੱਕ ਦੀ ਪੇਮੈਂਟ ਲਈ ਜਾ ਸਕਦੀ ਹੈ। ਪੰਜਾਬੀ ਗਮਨਾਮ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ। ਖਬਰਾਂ ਦੇਖਣੀਆਂ, ਸੁਣਨੀਆਂ, ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ .com ਦੇ ਨਾਲ।